ਸਤਿ ਸ਼੍ਰੀ ਅਕਾਲ ਜੀ, ਇੱਕ ਹੋਰ ਨਵਾਂ ਦਿਨ, ਇੱਕ ਹੋਰ ਨਵੀਂ ਸ਼ੁਰੂਆਤ, ਅੱਜ ਦਾ ਦਿਨ ਇੱਕ ਹੋਰ ਨਵੇਂ UK ਵੀਜ਼ਾ ਦੇ ਨਾਲ। ਅੱਜ UK ਵੀਜ਼ਾ ਗ੍ਰਾਂਟ ਹੋਇਆ ਮਨਪ੍ਰੀਤ ਕੌਰ ਜੀ ਦਾ। ਮਨਪ੍ਰੀਤ ਜੀ, ਕੰਗਰੈਚੁਲੇਸ਼ਨਸ। ਸੋ ਜਿਹੜੇ ਐਪਲੀਕੈਂਟਸ UK ਜਾਣਾ ਚਾਹੁੰਦੇ ਸੀਗੇ, ਵਿਦ ਆਰ ਵਿਦਆਊਟ ਆਇਲਸ ਦੋਨਾਂ 'ਚ ਐਪਲੀਕੇਸ਼ਨ ਕਰ ਸਕਦੇ ਹੋ। ਸੋ ਅੱਜ ਦੀ ਸਕਸੈਸ ਸਟੋਰੀ ਜਿਹੜੀ ਹੈ ਮਨਪ੍ਰੀਤ ਕੌਰ ਦਾ ਵੀਜ਼ਾ ਗ੍ਰਾਂਟ ਹੋਇਆ, ਇਹਨਾਂ ਦੀ ਜ਼ੁਬਾਨੀ ਸੁਣਨਾ ਚਾਹਾਂਗੇ ਕਿ ਕੀ ਐਕਸਪੀਰੀਅੰਸ ਰਿਹਾ ਤੁਹਾਡਾ +2 2020 ਪਾਸ ਆਊਟ, ਉਸ ਤੋਂ ਬਾਅਦ ਤੁਹਾਡਾ ਸਟੱਡੀ ਗੈਪ ਸੀਗਾ। ਸੋ ਇਹਨਾਂ ਦੇ ਥਰੂ ਜਾਣਨਾ ਚਾਹਾਂਗੇ ਕੀ ਐਕਸਪੀਰੀਅੰਸ ਸੀਗਾ ਓਮ ਗਲੋਬਲ ਜਦੋਂ ਤੁਸੀਂ ਆਏ, ਔਰ ਅੱਜ ਤੁਹਾਡਾ ਵੀਜ਼ਾ ਗ੍ਰਾਂਟ ਹੋ ਚੁੱਕਾ ਹੈ। ਸੋ ਮਨਪ੍ਰੀਤ ਜੀ, ਤੁਹਾਡੇ ਵੱਲੋਂ। ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੇਰੀ +2 2020 ਤੋਂ ਪਾਸ ਆਊਟ ਹੈ। ਸੋ ਮੈਂ ਇੱਕ ਦਿਨ ਫੇਸਬੁੱਕ 'ਤੇ ਓਮ ਗਲੋਬਲ ਦੀ ਐਡ ਦੇਖੀ। ਸੋ ਦੈਨ ਆਈ ਵਿਜ਼ਿਟ ਆਫਿਸ ਐਂਡ ਸਰ ਨੇ ਮੈਨੂੰ ਬਹੁਤ ਵਧੀਆ ਰਿਕਮੈਂਡ ਕੀਤਾ ਅਤੇ UK ਸਟੱਡੀ ਵੀਜ਼ਾ ਲਈ ਕਿਹਾ। ਸੋ ਅੱਜ ਮੇਰਾ UK ਵੀਜ਼ਾ ਗ੍ਰਾਂਟਿਡ ਹੋ ਚੁੱਕਾ ਹੈ ਅਤੇ ਤੁਸੀਂ ਵੀ ਆਪਣਾ ਫਾਈਲ ਇੱਥੋਂ ਅਪਲਾਈ ਕਰ ਸਕਦੇ ਹੋ। ਥੈਂਕ ਯੂ ਓਮ ਗਲੋਬਲ।